ਵਾਲੇ ਦੋ ਲੜਕੇ ਹਵੜਾ ਪੁਲਿਸ ਥਾਣਾ ਲਾਡੋਵਾਲ ਵੱਲੋਂ ਕਾਬੂ ਕੀਤੇ ਗਏ ਹਨ। ਲਾਡੋਵਾਲ ਵਿਖੇ ਏਸੀਪੀ ਸਮੀਰ ਵਰਮਾ, ਥਾਣਾ ਮੁਖੀ ਮਨੋਹਰ ਸਿੰਘ ਅਤੇ ਹਵੜਾ ਪੁਲਿਸ ਚੌਂਕੀ ਇੰਚਾਰਜ ਹਰਨੇਕ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡਾਂ ਵਿੱਚ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਕਾਰਨ ਦੋ ਵਿਅਕਤੀਆਂ ਨੂੰ ਇੱਕ ਐਕਟਿਵਾ ਅਤੇ 2000 ਰੁਪਏ ਸਮੇਤ ਕਾਬੂ ਕੀਤਾ ਗਿਆ ਹੈ, ਜਿਨ੍ਹਾਂ ਦੀ ਪਹਿਚਾਣ ਕੁਲਦੀਪ ਸਿੰਘ ਪੁੱਤਰ ਬੱਚੀ, ਗੁਰਨਾਮ ਸਿੰਘ ਉਫ ਵਿੱਕੀ ਖਹਿਰਾ ਵੇਟ ਵਜੋਂ ਹੋਈ। ਇਸ ਮੌਕੇ ਏਸੀਪੀ ਸਮੀਰ ਵਰਮਾ ਨੇ ਦੱਸਿਆ ਕਿ ਇਹ ਰਾਹਗੀਰਾਂ ਨੂੰ ਲੁੱਟਦੇ ਹਨ। ਇਸ ਸੰਬੰਧੀ ਇੱਕ ਹਰਭਜਨ ਸਿੰਘ ਨਾਂ ਦੇ ਵਿਅਕਤੀ ਨੇ ਪੁਲਿਸ ਨੂੰ ਰਿਪੋਰਟ ਦਰਜ ਕਰਾਈ ਕਿ ਦੋ ਵਿਅਕਤੀਆਂ ਨੇ ਉਸ ਕੋਲੋਂ 5000 ਰੁਪਏ ਲੁੱਟੇ ਹਨ। ਹਰਭਜਨ ਸਿੰਘ ਦੀ ਨਿਸ਼ਾਨਦੇਹੀ 'ਤੇ ਦੋਨਾਂ ਨੂੰ ਕਾਬੂ ਕੀਤਾ ਗਿਆ। ਵਿੱਕੀ ਨਾਂ ਦਾ ਵਿਅਕਤੀ ਪੁਲਿਸ ਵੱਲੋਂ ਭਗੌੜਾ ਵੀ ਸੀ। ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਿੰਡ ਖਹਿਰਾ ਬੈਡ ਵਿਖੇ ਅਤੇ ਦੋ ਦੋਸ਼ੀ ਨੇ ਇਹ ਕੁਲਦੀਪ ਸਿੰਘ ਏਲੀਅਸ ਬੱਚੀ ਅਤੇ ਗੁਰਨਾਮ ਸਿੰਘ ਏਲੀਅਸ ਵਿੱਕੀ। ਇਹਨਾਂ ਨੇ ਹਰਭਜਨ ਸਿੰਘ ਧਰਮਪਾਲ ਨੂੰ ਰੋਕ ਕੇ ਉਹਨਾਂ ਕੋਲੋਂ 5000 ਰੁਪਏ ਖੋਇਆ ਸੀ, ਜਿਹੜਾ ਕਿ ਕੁਲਦੀਪ ਸਿੰਘ ਬੱਚੀ ਹੈ ਜਿਹੜਾ ਉਹਨੂੰ ਮੌਕੇ 'ਤੇ ਫੜ ਲਿਆ ਗਿਆ ਸੀਗਾ, ਅਤੇ ਬਾਕੀ ਜਿਹੜਾ ਦੂਜਾ ਦੋਸ਼ੀ ਗੁਰਨਾਮ ਸਿੰਘ ਏਲੀਅਸ ਵਿੱਕੀ, ਇਹਨੂੰ ਬਾਅਦ ਵਿੱਚ ਇੰਚਾਰਜ ਪੀ ਹੰਬੜਾ ਰਮੇਸ਼ ਉਹਨਾਂ ਨੇ ਇਹਨਾਂ ਨੇ ਫੜਿਆ, ਬਾਅਦ ਵਿੱਚ ਗ੍ਰਿਫਤਾਰ ਕੀਤਾ। ਅਤੇ ਜਿਹੜਾ ਉਹਨੇ ਬਾਅਦ 'ਚੋਂ ਤਫਤੀਸ਼ 'ਚ ਪਤਾ ਲੱਗਿਆ ਕਿ ਗੁਰਨਾਮ ਸਿੰਘ ਏਲੀਅਸ ਵਿੱਕੀ ਹੈ ਜਿਹੜਾ ਇਹ POV ਹੈ ਸ਼ਿਦਵਾ ਬੇਟ ਦੇ ਮੁਕਦਮੇ ਵਿੱਚ, ਅਤੇ ਇਹਨਾਂ ਕੋਲੋਂ ਵਾਰਦਾਤ ਵਿੱਚ ਯੂਜ ਕਰਨ ਵਾਲੀ ਐਕਟਿਵਾ ਅਤੇ ਨਾਲ 2000 ਰੁਪਇਆ ਜਿਹੜਾ ਉਹ ਰਿਕਵਰ ਕੀਤਾ ਗਿਆ। ਐਕਟਿਵਾ ਇਹਨਾਂ ਦੀ ਆਪਣੀ ਸੀ? ਫਿਲਹਾਲ ਤਫਤੀਸ਼ ਐਕਟਿਵਾ ਅਸੀਂ ਵੈਰੀਫਾਈ ਕਰ ਰਹੇ ਹਾਂ ਕਿ ਕੌਣ ਮਾਲਕ ਹੈ ਇਹਦਾ, ਪਰ ਐਕਟਿਵਾ ਇਹਨਾਂ ਕੋਲੋਂ ਬਰਾਮਦ ਹੋਈ ਹੈ ਜਿੱਥੇ ਇਹ ਵਾਰਦਾਤ ਕਰ ਰਹੇ। ਇਹ ਦੋਨੋਂ ਤਲਵੰਡੀ ਕਲਾਂ ਦੇ ਰਹਿਣ ਵਾਲੇ ਥਾਣਾ ਸਲਿੰਡਾ ਦੇ, ਇਹਨਾਂ ਕੋਲੋਂ ਪਿੰਡ ਰਾਜਾਪੁਰ ਦੇ ਕੋਲੋਂ ਦਰਿਆਵਿੰਦ ਦੇ ਕੋਲੋਂ 3 ਕਿਲੋ ਭੁੱਕੀ ਬਰਾਮਦ ਹੋਈ ਹੈ। ਇਹ ਆਪਣੀ ਐਕਟਿਵਾ 'ਤੇ ਜਾ ਰਹੇ ਸੀਗੇ, TVS ਐਕਟਿਵਾ ਸੀਗੀ, ਅਤੇ ਅਸੀਂ ਨਾਕਾ ਲਾਇਆ ਹੋਇਆ ਸੀਗਾ ਅਤੇ ਨਾਕੇ 'ਤੇ ਲਾ ਕੇ ਜਿਹੜਾ ਇਹ ਬਰਾਮਦਗੀ ਹੋਈ, ਜਿਹਨਾਂ ਨੇ ਸਰਚ ਕੀਤੀ ਗਈ ਅਤੇ ਇਹਨਾਂ ਕੋਲੋਂ 3 ਕਿਲੋ ਭੁੱਕੀ ਬਰਾਮਦ ਹੋਈ। ਇਹਨਾਂ ਨੂੰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਅੱਗੇ ਇਹਨਾਂ ਤੋਂ ਪੁੱਛਗਿੱਛ ਚੱਲ ਰਹੀ ਹੈ ਕਿ ਇਸ ਮੰਗ ਅੱਗੇ ਇਹਨਾਂ ਨੇ ਨਸ਼ਾ ਜਿਹੜਾ ਕਿੱਥੋਂ ਲਿਆਂਦਾ ਸੀ। ਅੱਗੇ ਇਨਵੈਸਟੀਗੇਸ਼ਨ ਜਾਰੀ।